ਤੁਸੀਂ ਰਿਸ਼ਤੇ ਕਰਨਾ ਜਾਇਜ਼ ਸਮਝਦੇ ਹੋ ਤੇ ਨਿਕਾਹ ਕਰਦੇ ਹੋ ਤੇ ਮਾਵਾਂ ਭੈਣਾਂ ਤੁਹਾਡੀਆਂ ਇੱਕ ਦੂਜੇ ਦੇ ਥੱਲੇ ਜਾਂਦੀਆਂ ਨੇ, ਇਹ ਤੇਰੇ ਬਹਿਨੋਈ ਕੀ ਕਹਿਣ ਦੇ ਨੇ ਬੁਖਾਰੀ ਦੇ ਬਾਰੇ? ਦੇ ਜਵਾਬ ਹੈ ਬਹਿਨੋਈਆਂ ਦਾ। ਨਾਲ ਹੀ ਕਹਿੰਦਾ ਉਹਨਾਂ ਨੂੰ ਤੇ ਉਹ ਆਪ ਨੀ ਮੰਨਦੇ ਤੇ ਫਲਾਣਾ ਨੀ ਮੰਨਦਾ, ਉਹ ਖੰਜੀਰ ਦੇ ਬੱਚੇ ਮੰਨਦੇ ਤੁਸੀਂ ਕਿਨੂੰ ਹੋ ਫਿਰ? ਦੇ ਜਵਾਬ, ਅਸੀਂ ਨੀ ਇਤਰਾਜ਼ ਕਰਨ ਦੇ, ਤੇਰੇ ਬਹਿਨੋਈ ਤੇਰੇ ਆਪਣੇ ਘਰ ਦੇ ਤੇਰੇ ਬਹਿਨੋਈ ਜਿਹੜੇ ਨੂੰ ਇਤਰਾਜ਼ ਕਰਦੇ ਫਿਰਦੇ ਨੇ। ਦੇ ਜਵਾਬ ਦਿੱਤਾ ਨੀ ਉਹ ਜਵਾਬ ਦਾ, ਤੇਰੇ ਸਾਹਮਣੇ ਉਹ ਸਾਹਬੀ ਦੀ ਕਹਾਣੀ ਪੜ੍ਹ ਕੇ ਸੁਣਾਈ ਆ ਵੇ, ਤੇਰੇ ਪਿਓ ਨੇ ਲਿਖੀ ਹੈ, ਜਵਾਬ ਦਿੱਤਾ ਹੀ ਉਹਦਾ। ਤੁਸੀਂ ਜਵਾਬ ਅਹਿਮਦ ਦੀ ਦਾਦ ਤੇ ਤੁਸੀਂ ਦਿਨ ਰਾਤ ਝੂਠ ਬੋਲਦੇ ਹੋ, ਉਹ ਦਿਫਾ ਨੀ ਜੇ ਕਦੀ ਕੀਤਾ। ਮੈਂ ਪਰਸੋਂ ਦਾ ਇਹਨੂੰ ਪੁੱਛਣ ਲਿਆ ਵਾਂ, ਇਹਦੇ ਪਿਓ ਨੇ ਖੰਜ਼ੀਰ ਨੇ, ਉਹ ਭਾਬੀ ਨੇ ਜਿਹੜਾ ਵੱਡਾ ਮਰਦੂਦ ਭਾਬੀ, ਇੱਕ ਮਿੰਟ ਮੁਸਲਿਮ ਭਾਈ ਭੋਲਾ ਬਾਈ, ਇਹਨਾਂ ਦਾ ਜਿਹੜਾ ਵੱਡਾ ਮਰਦੂਦ ਭਾਬੀ ਹੈ ਨਾ, ਜਿਹਦਾ ਨਾਂ ਹੈ ਪੀਰ ਅਸਕਾਨੀ, ਉਹ ਪੀਰ ਅਸਕਾਨੀ ਨੇ ਅੱਗੋਂ ਇੱਕ ਤਹਿਰੀਰ ਲਿਖ ਕੇ ਘੱਲੀ ਹੈ ਉਹਨੂੰ ਤਾਰਕ ਚੌਹਾਨ ਨੂੰ। ਉਹਦੇ ਵਿੱਚ ਕੀ ਲਿਖਿਆ ਨੇ ਕਿ ਰਸੂਲ ਅੱਲਾ ਸਲਮ ਵਰਸ ਅਤੇ ਜ਼ਾਫਰਾਂ ਨਾਲ ਰੰਗੇ ਹੋਏ ਕੱਪੜੇ ਪਾਉਂਦੇ ਹੁੰਦੇ ਹਨ। ਐਡਾ ਵੱਡਾ ਝੂਠ ਰਸੂਲ ਅੱਲਾ ਦੀ ਜ਼ਾਤ 'ਤੇ ਬੋਲ ਦਿੱਤਾ ਜੇ, ਖੰਜ਼ੀਰ ਦਿਓ ਬੱਚਿਓ, ਜਦਕਿ ਪੂਰੀ ਹਦੀਸਾਂ ਦੀਆਂ ਕਿਤਾਬਾਂ ਭਰੀਆਂ ਪਈਆਂ ਨੇ ਕਿ ਰਸੂਲ ਅੱਲਾ ਨੇ ਵਰਸ ਔਰ ਜ਼ਾਫਰਾਂ ਤੋਂ ਮਨ੍ਹਾ ਕੀਤਾ ਗਿਆ ਸੀ ਐਸ ਜ਼ਰਦ ਰੰਗ ਦੇ ਕੱਪੜੇ ਨਹੀਂ ਪਾਉਣੇ ਜਿਹੜੇ ਵਰਸ ਔਰ ਜ਼ਾਫਰਾਂ ਤੋਂ ਰੰਗੇ ਹੋਣ। ਵੈਸੇ ਅਮੂਮਨ ਜ਼ਰਦ ਰੰਗ ਤੋਂ ਮਨ੍ਹਾ, ਲੇਕਿਨ ਖਾਸ ਅਲਫਾਜ਼ ਦੇ ਨਾਲ ਵੀ ਆਇਆ ਕਿ ਵਰਸ ਔਰ ਜ਼ਾਫਰਾਂ ਤੋਂ ਰੰਗੇ ਹੋਏ ਤੇ ਕਤਨ ਹੀ ਨਹੀਂ ਪਾਉਣੇ। ਜਗ੍ਹਾ ਜਗ੍ਹਾ ਤੇ ਰਸੂਲ ਅੱਲਾ ਨੇ ਫਰਮਾਇਆ, ਖੰਜ਼ੀਰ ਦੇ ਬੱਚੇ ਕਹਿੰਦੇ ਨੇ ਰਸੂਲ ਅੱਲਾ ਸਲਮ ਵਰਸ ਔਰ ਜ਼ਾਫਰਾਂ ਨਾਲ ਰੰਗੇ ਹੋਏ ਕੱਪੜੇ ਪਾਉਂਦੇ ਹਨ। ਪੁੱਛਿਆ ਤਾਂ ਕਿੱਥੇ ਦਲੀਲ ਦੋ ਖੰਜ਼ੀਰ ਦੇ ਬੱਚੇ ਰਸੂਲ ਅੱਲਾ ਤੇ ਕਾਨੂੰ ਭਾਈ, ਇੱਕ ਮਿੰਟ ਸਿਰਫ ਜੀ ਮੂਨ ਭਾਈ, ਮੂਨ ਭਾਈ ਦਾ ਡੰਮੀ ਹੈ ਨਾ ਉਹ ਮਲਕ ਭਾਈ ਲੋਗ, ਇੱਕ ਦਿਨ ਇਹਨਾਂ ਦੀ ਆਵਾਜ਼ ਨਹੀਂ ਆ ਰਹੀ ਮੇਰੀ? ਆ ਰਹੀ ਜੀ, ਹੈਲੋ, ਆ ਰਹੀ ਆਵਾਜ਼ ਆ ਰਹੀ। ਹਾਂ, ਮੈਂ ਕਹਿ ਰਿਹਾ ਕਿ ਇਹਨਾਂ ਦਾ ਇੱਕ ਹੈ ਨਾ ਖਤਮ ਨਬੂਵਤ ਦਾ ਮੁਜਾਹਿਦ ਮਲਕ ਭਾਈ ਲੋਗ, ਇੱਕ ਦਿਨ ਉਹ ਉਮਰ ਰਬਾਬ ਦੀ ਬਰੋਡ ਤੇ ਬੈਠਾ ਸੀ, ਇਹਨਾਂ ਦੀਆਂ ਆਪਸ 'ਚ ਲੜਾਈਆਂ ਵੀ ਬੜੀਆਂ ਹੁੰਦੀਆਂ ਸੀ। ਉਸ ਦਿਨ ਉੱਥੇ ਕੋਈ ਸੁਲਾਹ ਹੋ ਰਹੀ ਉਹਨਾਂ ਦੀ, ਤੇ ਉੱਥੇ ਉਹਨੇ ਹਦੀਸ ਝੂਠ ਬੋਲਿਆ ਆਨ ਰਸੂਲ ਸਲਮ ਦੇ, ਮੇਰੇ ਕੋਲ ਰਿਕਾਰਡਿੰਗ ਪਈ ਹੈ ਮੈਂ ਤੁਹਾਨੂੰ ਭੇਜਾਂਗਾ। ਕਹਿੰਦਾ ਕਿ ਆਨ ਰਸੂਲ ਸਲਮ ਨੇ ਪਿਆ ਕਿਹਾ ਕਿ ਅਗਰ ਕੋਈ ਤੁਹਾਨੂੰ ਝੂਠ ਵੀ ਬੋਲਣਾ ਪਏ ਕਿਸੇ ਆਪਣੇ ਭਾਈ ਦੇ ਨਾਲ ਸੁਲਾਹ ਕਰਨ ਵਾਸਤੇ ਤਾਂ ਤੁਸੀਂ ਬੋਲ ਸਕਦੇ ਹੋ। ਉਹਦੇ ਬਾਅਦ ਮੈਂ ਇਹਦੀ ਬਰੋਡ 'ਤੇ ਰੋਜ਼ ਜਾਂਦਾ ਸੀ, ਮੈਂ ਸਿਰਫ ਲਿਖਦਾ ਸੀ ਥੱਲੇ ਕਿ ਯਾਰ ਇਹ ਹਦੀਸ ਦਾ ਹਵਾਲਾ ਦੇ ਦੇ ਦੇ। ਮੈਂ ਦੋ ਤਿੰਨ ਦਿਨ ਲਿਖਿਆ, ਚੌਥੇ ਦਿਨ ਇਹਨੇ ਮੈਨੂੰ ਬਲੌਕ ਕਰਤਾ। ਅੱਜ ਤੱਕ ਇਹ ਬੰਦਾ ਉਸ ਹਦੀਸ ਦਾ ਰੈਫਰੈਂਸ ਨਹੀਂ ਪੇਸ਼ ਕਰ ਸਕਿਆ, ਐਡਾ ਵੱਡਾ ਝੂਠ ਇਹਨੇ ਆਨ ਰਸੂਲ ਸਲਮ ਦੀ ਜ਼ਾਤ 'ਤੇ ਬੋਲਿਆ ਸੀ। ਇਹਨਾਂ ਕੋਲੋਂ ਜਾ ਕੇ ਨਹੀਂ ਇਹ ਪੁੱਛਦੇ, ਕਿਉਂਕਿ ਪਤਾ ਹੈ ਨਾ ਉੱਥੋਂ ਸਿੱਧੀਆਂ ਸਿੱਧੇ ਫੈਰ ਤੋਪ ਦੇ ਆਣੇ ਨੇ, ਸਿੱਧੀਆਂ ਗਾਲਾਂ ਪੈਣੀਆਂ ਨੇ ਮਾਂ ਭੈਣਾਂ ਦੀਆਂ। ਤੇ ਅਹਿਮਦ ਦੀਦਾਦ ਨੂੰ ਜਿਸ ਤਰ੍ਹਾਂ ਡਿਫੈਂਡ ਕਰ ਰਹੇ ਹੋ, ਤੁਸੀਂ ਅਹਿਮਦ ਰਜ਼ਾ ਖਾਨ ਬਰੇਲਵੀ ਨੂੰ ਵੀ ਕਿਉਂ ਨਹੀਂ ਡਿਫੈਂਡ ਕਰਦੇ? ਉਹਦੇ ਤੇ ਸਾਫ ਸਰੀ ਫਤਵੇ ਲਿਖੇ ਆ ਜਦੋਂ ਅਸੀਂ ਦਿਖਾਉਂਦੇ ਹਾਂ, ਤੇ ਉਦੋਂ ਤੁਸੀਂ ਚੁੱਪ ਕਰਕੇ ਬਹਿ ਜਾਂਦੇ ਹੋ, ਇਹ ਤੇ ਇੱਕ ਆਮ ਜਿਹਾ ਆਲਮ ਸੀ ਉਹਨੇ ਲਿਖ ਦਿੱਤੇ ਨੇ ਤੇ ਅਸੀਂ ਹੁਣ ਕੀ ਕਰੀਏ, ਸਾਡੇ ਵਾਸਤੇ ਹੁਜਤ ਨਹੀਂ ਹੈ। ਮੈਂ ਤੇ ਕਹਿੰਦਾ ਇੱਥੇ ਲਾਓ ਉਹ ਫਤਵੇ ਫਿਰ ਦੁਬਾਰਾ ਪੜ੍ਹਨੇ ਸ਼ੁਰੂ ਕਰੋ, ਜਿਸ ਤਰ੍ਹਾਂ ਮੀਰ ਸਲੀਮ ਸਾਹਿਬ ਨੇ ਪੜ੍ਹਨੇ ਸ਼ੁਰੂ ਕੀਤੇ ਸੀ ਨਾ, ਤੇ ਇਹਨਾਂ ਦੀਆਂ ਚੀਕਾਂ ਨਿਕਲੀਆਂ ਸੀ, ਦੁਬਾਰਾ ਉਹੀ ਫਤਵੇ ਪੜ੍ਹਿਆ ਕਰੋ। ਯਾਰ ਮੈਨੂੰ ਤੇ ਨਾ ਹਜੇ ਗੁੱਸਾ ਆ ਰਿਹਾ ਸੀ ਜਿਹੜਾ ਫੁਰਕਾਨ ਭਾਈ ਇੱਥੇ ਪੜ੍ਹਦੇ ਪਏ ਸੀ ਨਾ ਉਹ ਹਵਾਲਾ ਕਿ ਨਾਉਜ਼ੁਬਿੱਲਾ। ਯਾਰ ਤੁਸੀਂ ਕੰਜ ਦੇ ਖਬੀਸ ਬੰਦੇ ਹੈਗੇ ਹੋ ਕਿ ਨਬੀ ਪਾਕ ਸਾਹਿਬ ਸਾਨੂੰ ਲੋਕਾਂ ਦੀ ਸ਼ਰਮਗਾਵਾਂ ਤਾਂ ਹੁੰਦੇ ਸੀ ਯਾਰ, ਕੋਈ ਸ਼ਰਮ ਹੁੰਦੀ ਹੈ, ਕੋਈ ਹਯਾ ਕਰੋ ਅੱਲਾਹ ਦੇ ਬੰਦੇ ਹੋ।
ਕੀ ਹੋ ਗਿਆ ਇਹ ਸਾਰੇ ਚੁੱਪ ਹੋ ਗਿਆ ਇੱਥੇ ਜੋ ਇੱਥੇ ਹੀ ਹੈਗੇ ਆ ਆਵਾਜ਼ ਤਾਂ ਆ ਰਹੀ ਹੈ ਪਤਾ ਨਹੀਂ ਸਾਰੇ ਚੁੱਪ ਕਰ ਗਏ ਨੇ ਨਹੀਂ ਯਾਰ ਅਨਵਰ ਭਾਈ ਦੇਖਾ ਰਾ ਕੋਈ ਸੋਚਣ ਵਾਲੀ ਗੱਲ ਹੈਗੀ ਹਾਂ ਮੁੱਛ ਦੇ ਕੀ ਲਿਆ ਪੀਣ ਲਈ ਕੋਲਾ ਕੌਫੀ ਦਾ ਟਾਈਮ ਹੈ ਕੌਫੀ ਪੀ ਰਿਹਾ ਭਾਈ ਜੀ ਕਿਹੜੀ ਅਮਰੀਕਾਨੋ 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 ਯਾਰ ਕਿੰਨੀ ਗਲਾਸਤ ਹੈਗੀ ਹੈ ਲੋਕਾਂ 'ਚ ਵੇਖੋ ਇੰਨਾ ਸ਼ਰਮਿੰਦਾ ਹੋ ਕੇ ਗਿਆ ਬਿਲਾਲ ਹਨੀਫ ਉਹਨੇ ਇੱਕ ਜਵਾਬ ਨਹੀਂ ਦਿੱਤਾ ਫੁਰਕਾਨ ਭਾਈ ਦਾ ਉਹਦੇ 'ਚ ਹਿੰਮਤ ਨਹੀਂ ਪੈਦਾ ਹੋਈ ਕਿ ਮੈਂ ਜਵਾਬ ਦੇਵਾਂ ਯਾਰ ਨਾਊਜ਼ ਬਿੱਲਾ ਹੁਣ ਨਬੀ ਇੱਥੇ ਦੁਨੀਆ 'ਚ ਆ ਕੇ ਲੋਕਾਂ ਦੀ ਸ਼ਰਮਗਾਵਾਂ ਧੋਂਦੇ ਫਿਰਦੇ ਨੇ ਆਪਣੇ ਸਾਹਬੀਆਂ ਦੀ ਇੱਕ ਜਵਾਬ ਤੇ ਦੇ ਕਿੰਨੇ ਬਗੈਰਤ ਹੈਗੇ ਨੇ ਯਾਰ ਇਹ ਲੋਕ ਇੱਕ ਜਵਾਬ ਤੇ ਫਿਰ ਇੱਥੇ ਆ ਕੇ ਡਿਫੈਂਡ ਕਰਦੇ ਨੇ ਅਹਿਮਦ ਦੀ ਦਾਤ ਵਰਗੇ ਮਰਦੂਰ ਨੂੰ ਲਾਂਤੀ ਨੂੰ ਬੇਸ਼ਰਮ ਲੋਕ ਨੇ ਯਾਰ ਅੱਛਾ ਇੱਕ ਗੱਲ ਦਾ ਜਵਾਬ ਦੇ ਗਿਆ ਤੁਸੀਂ ਹੋਰ ਉਹਨੇ ਦੱਸਿਆ ਕਿ ਦੀਨ ਫਰੋਸ਼ੀ ਵਾਸਤੇ 1 ਲੱਖ ਤੇ ਪੈਸੋ ਇਹ ਦੱਸ ਕੇ ਗਿਆ ਤੇ ਅੱਗੋਂ ਆਵਣ ਨਾ ਤੇ ਇਹਨਾਂ ਕੋਲ ਪੁੱਛੋ ਦੀਨ ਫਰੋਸ਼ੀ 1 ਲੱਖ ਤੇ ਭੈਣ ਫਰੋਸ਼ੀ ਉਹਦੇ ਵਾਸਤੇ 600 ਇੱਕ ਮਿੰਟ ਮੈਂ ਗਾੜੀ ਪਾਰ ਕਰ ਦੂੰਗਾ ਮਿਲ ਗਈ ਹੈ ਕੀ ਹੋ ਗਿਆ ਸਾਰੇ ਚੁੱਪ ਕਰ ਗਏ ਹੋ ਕਾਲ ਭਾਈ ਨੂੰ ਚਲੇ ਜਾਂਦੇ ਮੇਰਾ ਸਰ ਜੀ ਫੁਰਕਾਨ ਭਾਈ ਵੀ ਚਲੇ ਗਏ ਕਾਲੋ ਭਾਈ ਵੀ ਮਿਊਟ ਲਗਾ ਕੇ ਬੈਠੇ ਹੈ ਉਹ ਕਾਲੋ ਭਾਈ ਅੱਗੇ ਨੇ ਸਾਰੇ ਮੇਰਾ ਖਿਆਲ ਕਾਫੀ ਦਾ ਨਾਮ ਲਿਆ ਨਾ ਸਾਰੇ ਸੁਸਤ ਪੈ ਗਏ ਨੇ ਇਕਦਮ ਸਾਰਿਆਂ ਦੇ ਦਿਲ ਕੇ ਤਾਂ ਅਸੀਂ ਵੀ ਪੀ ਹੀ ਲਈਏ ਕਾਫੀ ਕਿਹੜੇ ਮੁਲਕ ਦੇ ਤੁਸੀਂ ਮੈਂ ਕੈਨੇਡਾ ਅੱਛਾ ਕੈਨੇਡਾ ਕਾਫੀ ਕਰੀਮ ਹੋ ਚਲੇ ਗਏ ਸਾਰੇ ਮੈਂ ਖਲਾ ਅਸਲਾਮ ਅਲੈਕਮ ਕਿੱਥੇ ਤੁਰ ਗਏ ਸਾਰੇ ਪਤਾ ਨਹੀਂ ਯਾਰ ਨੱਸ ਗਏ ਨੇ ਮੈਂ ਬੁਲਾ ਰਿਹਾ ਪਿੱਛੇ ਪਿੱਛੇ ਮੈਂ ਠਹਿਰ ਗਏ ਸਾਰੇ ਇੱਥੇ ਹੀ ਨੇ ਕਿਤੇ ਨਹੀਂ ਜਾਂਦੇ ਲੋਕਾਂ ਦਾ ਦਿਮੇ ਦੇ ਗਸ਼ਤੀ ਦਾ ਬੱਚਾ ਗਾਲਾਂ ਕੱਢਦਾ ਇਹਦੀ ਮਾਂ ਕੋਈ ਏਡੀ ਚੰਗੀ ਔਰਤ ਨਹੀਂ ਸੀ ਗੰਦੀ ਔਰਤ ਸੀ ਨਹੀਂ ਨਹੀਂ ਬਹੁਤ ਗੰਦੀ ਔਰਤ ਸੀ ਉਹਦੇ ਕੋਲੋਂ ਬੋ ਵੀ ਬੜੀ ਆਉਂਦੀ ਨਹਾਉਂਦੀ ਵੀ ਨਹੀਂ ਸੀ ਹੁੰਦੀ ਚਾਰ ਚਾਰ ਦਿਨ ਉਹਨੇ ਨਾ ਕਰਕੇ ਨਾ ਜਨਾਹੋਰ ਦੀ ਔਲਾਦ ਏ ਉਹ ਹਰ ਸਾਲ ਵੱਡੀ ਈਦ ਤੇ ਬਸ ਨਹਾਉਂਦੀ ਸੀ ਵੱਡੀ ਈਦ ਤੇ ਬਕਰਾ ਈਦ ਕਰਨਾ ਹੁੰਦਾ ਹੈ ਨਾ ਹਾਂ ਨਹੀਂ ਨਹੀਂ ਉਹ ਛੋਟੀ ਈਦ ਤੇ ਵੀ ਨਹੀਂ ਨਹਾਉਂਦੀ ਸੀ ਉਹ ਕਹਿੰਦੀ ਕੋਈ ਨਹੀਂ ਵੱਡੀ ਈਦ ਵੀ ਤੇ ਆਉਣੀ ਹੈ ਫਿਰ ਨਾ ਲਵਾਂਗੇ ਆਹ ਬੰਦੇ ਇੱਥੇ ਨੇ ਬੰਦੇ ਕਿੱਥੇ ਜਾਣਾ ਖਾਲ ਸਾਹਿਬ ਆਏ ਨੇ ਆਜੋ ਆਜੋ ਜ
ਜੱਟ ਵੇਖ ਯਾਰ ਕਿੰਨੇ ਖਬੀਸ ਲੋਕ ਹੈਗੇ ਨੇ ਇਹਨਾਂ ਦੇ ਬਾਬੇ ਨੇ ਕਿਹੜੀ ਕਿਹੜਾ ਕਿੰਨਾ ਕਿੰਨਾ ਗੰਦ ਪਾ ਕੇ ਨਹੀਂ ਯਾਰ ਵੇਖੋ ਤੁਸੀਂ ਇਲਜ਼ਾਮ ਲਾਏ ਨੇ ਅੱਲਾਹ ਦੀ ਕਸਮ ਇਹਨਾਂ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਹਜ਼ਰਤ ਆਸ਼ਾ ਨੂੰ ਕਿਸੇ ਬੰਦੇ ਨੂੰ ਨਹੀਂ ਛੱਡਿਆ ਯਾਰ ਐਡੇ ਬਿਸ਼ਰਮਾ ਤੇ ਬਿਸ਼ਰਮ ਤੋਬਾ ਤੋਬਾ ਦੇਖੋ ਨਾ ਜੱਟ ਕਹਿੰਦੇ ਨੇ ਕਿ ਨਾਊਜ਼ੂ ਬਿੱਲਾ ਸਾਹਬਾ ਦੀ ਸ਼ਰਮਗਾਹ ਹੁੰਦੇ ਸੀ ਅਸਤਗਫਰੁੱਲਾਹ ਨਬੀ ਪਾਕ ਯਾਰ ਅੱਲਾਹ ਮਾਫ ਕਰੇ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗੀ ਉੱਥੇ ਪਾਣੀ ਲੈ ਕੇ ਉੱਥੇ ਲੋਕਾਂ ਦੀ ਪਿੱਠੀਆਂ ਧੋਂਦੇ ਸੀ ਅਸਤਗਫਰੁੱਲਾਹ ਇਹ ਬਗੈਰਤ ਲੋਕ ਨੇ ਉਹ ਵੀਡੀਓ ਵੀਡੀਓ ਕਲੱਬ ਦੇ ਫਿਰਦੇ ਹੋ ਕੋਈ ਗੱਲ ਲੱਭੇ ਲੱਭੋ ਲੱਭੋ ਜਿੰਨੀਆਂ ਮਰਜ਼ੀ ਗੱਲਾਂ ਵੈਸੀ ਤੁਹਾਡੇ ਕੋਲ ਡਰਨੇ ਨਹੀਂ ਅਸੀਂ ਕੀ ਡਰਦੇ ਤੁਹਾਡੇ ਬਾਬਿਆਂ ਨੇ ਲਿਖੀ ਇਹ ਗੱਲ ਉੱਥੇ ਸਾਫ਼ ਲਿਖਿਆ ਹੋਇਆ ਕਿ ਉਹ ਪਤਾ ਨਹੀਂ ਕਿਹੜੇ ਸਾਹਿਬ ਹਸਨ ਤੇ ਉਹ ਆਉਂਦੇ ਸੀ ਨਬੀ ਪਾਕ ਕੋਲ ਤੇ ਨਬੀ ਪਾਕ ਉਹਨਾਂ ਨੂੰ ਪਾਣੀ ਮਾਰ ਕੇ ਉਹਨਾਂ ਦੀ ਸ਼ਰਮਗਾਹ ਧੋਂਦੇ ਸੀ ਯਾਰ ਅੱਲਾਹ ਦਾ ਖੌਫ ਕਰੋ ਤੋਬਾ ਅਸਤਗਫਾਰ ਇੰਨੀ ਵੱਡੀ ਗੁਸਤਾਖੀ ਹੈ ਯਾਰ ਅੱਲਾਹ ਦਾ ਨਬੀ ਹੋਏ ਤੇ ਇੱਥੇ ਬਹਿ ਕੇ ਲੋਕਾਂ ਦੀ ਸ਼ਰਮਗਾਹਾਂ ਧੋਏ ਉਹ ਬਲਾਲ ਨੂੰ ਤੇ ਪਤਾ ਹੀ ਨਹੀਂ ਆਪਣਾ ਥੱਥਾ ਜਿਹਾ ਬੰਦਾ ਅੱਲਾਹ ਦੀ ਕਸਮ ਥੱਥੂ ਹੈ ਬਲਾਲ ਉਹ ਤੇ ਗੌਰ ਨਾਲ ਸ਼ੁਰੂ ਥੱਥੂ ਆ ਵਾਕੀ ਬਾਲੂ ਹੈ ਉਹ ਬਾਲੂ ਇਹਦਾ ਇਹਦਾ ਨਾਮ ਉਹਨੇ ਰੱਖਿਆ ਅਮਰ ਬਲਾਲ ਬਾਂਦਰ ਚਲੋ ਜੱਟ ਕੀ ਬਰੋਡ ਪੇ ਉਹ ਪਤਾ ਨਹੀਂ ਕਿਹੜਾ ਕਿਹੜਾ ਨਾਂ ਰੱਖਿਆ ਉਹਦੇ ਸਾਰੇ ਕੋ ਟੋਮੀ ਕੋ ਚਾਮੀ ਸਭ ਕੁੱਤੇ ਭਜਾ ਦਿੰਦਾ ਜਦੋਂ ਆਉਂਦਾ ਨਾ ਪਹਿਲੇ ਤੇ ਟੋਲ ਭਜਾ ਦਿੰਦਾ ਡੁਗ 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 ਸਾਰੇ ਆ ਜਾਓ ਸਾਰੇ ਆ ਸਭ ਤੋਂ ਵੱਡਾ ਕੁੱਤਾ ਹੈ ਮਲਕ ਕੈਸਰ ਉਹ ਬੂਲੀ ਕੁੱਤਾ ਰੱਖਿਆ ਅਮਰ ਨਜ਼ੀਰ ਨੇ ਚੰਗਾ ਪਾ ਲਿਆ ਚੰਗਾ ਖਲਾਦਾ ਖਾਂਦਾ ਉਹ ਬਹੁਤ ਜ਼ਿਆਦਾ ਖਾਂਦਾ ਬਿਸ਼ਰਮਾ ਦਾ ਬਿਸ਼ਰਮ ਇਹ ਲੱਗਦਾ ਕੋਈ ਬਾਹਰ ਪੈਦਲ ਚੱਲ ਰਿਹਾ ਕੋਈ ਕਿੰਨੇ ਬੇਸ਼ਰਮ ਹੈਗੇ ਨੇ ਹਜੇ ਤੱਕ ਜ਼ਿਆ ਰਸੂਲ ਨੇ ਉਹ ਵੀਡੀਓ ਨਹੀਂ ਪੇਸ਼ ਕੀਤੀ ਕਿ ਇਹ ਵੇਖੋ ਸਾਡੇ ਮੂੰਹ ਤੇ ਮਾਰੇ ਕਿ ਭਾਈ ਜੀ ਇਹ ਵੇਖੋ ਵੀਡੀਓ ਇਹ ਸਬੂਤ ਹੈਗਾ ਕਿ ਮੈਂ ਸੱਚ ਬੋਲਿਆ ਇਹ ਮੈਂ ਸੱਚ ਬੋਲਿਆ ਇਹ ਵੀਡੀਓ ਪੂਰੀ ਹੈਗੀ ਹੈ ਭਾਈ ਜੀ ਇੱਥੇ ਅਸੀਂ ਸ਼ਰਤ ਲਾਈ ਹੈ ਇੱਥੇ ਅਸੀਂ ਸਾਰਾ ਤੈਅ ਕੀਤਾ ਕਿ ਭਾਈ ਜੀ ਇਹ ਸ਼ਾਵਾਂ ਕੱਲ ਨੂੰ ਤੂੰ ਵਿਖਾਣੀ ਹੈ ਮੈਨੂੰ ਤੇ ਫਿਰ ਮੈਂ ਤੈਨੂੰ ਲੱਖ ਰੁਪਈਆ ਦੇਵਾਂਗਾ ਕੱਲ ਉਹਨੇ ਤੇ ਪੂਰੀ ਵੀਡੀਓ ਪੇਸ਼ ਕੀਤੀ ਹੈ ਜਿਹ 'ਚ ਸ਼ਰਤ ਵੀ ਲੱਗੀ ਹੈ ਉਹਦਾ ਸਾਰਾ ਆ ਕੇ ਤੇ ਉਹਨੇ ਦੋ ਵਾਰੀ ਪੁੱਛਿਆ ਵੀ ਇਹ ਮੈਂ ਤੈਨੂੰ ਜ਼ਰਦ ਰੰਗ ਵਿਖਾਣਾ ਹੈ ਉਹਨੇ ਕਿਹਾ ਚੱਲ ਵਿਖਾ ਫਿਰ ਵਿਖਾਏਗਾ ਤੇ ਮੈਂ ਤੈਨੂੰ ਲੱਖ ਦੇਵਾਂਗਾ ਉਹ ਇਹਨੂੰ ਕਿਸੇ ਤਰ੍ਹਾਂ ਘੇਰ ਕੇ ਇੱਥੇ ਲੈ ਕੇ ਆਓ ਯਾਰ ਕਰੋ ਜੱਜਾ ਸਾਹਿਬ ਹੀ ਨੇ ਉਹ ਆ ਗਏ ਨੇ ਜੱਜਾ ਸਾਹਿਬ ਚਲਾਇਆ ਹੋਇਆ ਆਪਣੀ ਮਰਜ਼ੀ ਸੇ ਨੁਸਰਤ ਫਤਿਹ ਅਲੀ ਖਾਨ ਸੁਣ ਰਿਹਾ ਹੈ ਨਾ ਮੈਂ ਆਪ ਲੋਕ ਸੁਣ ਰਿਹਾ ਬਾਤਚੀਤ ਕਰੇ ਮੈਂ ਆਊਂਗਾ ਆਧੇ ਘੰਟੇ ਬਾਅਦ ਠੀਕ ਹੋ ਗਿਆ ਜੱਜਾ ਸਾਹਿਬ ਸ਼ੁਕਰੀਆ ਅਲਵਰ ਸਾਹਿਬ ਤੁਸੀਂ ਕਹਿ ਰਹੇ ਹੋ ਇਹਨੂੰ ਘੇਰੀਏ ਤੁਸੀਂ ਲੱਗਦਾ ਕਦੀ ਜ਼ਿੰਦਗੀ 'ਚ ਸੂਰਾਂ ਦਾ ਸ਼ਿਕਾਰ ਨਹੀਂ ਖੇਲਿਆ
ਨਹੀਂ ਅਸੀਂ ਖੇਲਿਆ ਇਹਨਾਂ ਦੇ ਕੋਲ 14 ਸਾਲ ਪਹਿਲੇ, ਇਹ 6-7 ਸਾਲ ਪਹਿਲੇ ਨਾ ਯੂਟਿਊਬ 'ਤੇ ਆਉਂਦੇ ਸੀ, ਇਹਨੂੰ ਅਮਰ ਨਜ਼ੀਰ ਨੂੰ ਜ਼ਿਆ ਫਿਰੌਨ ਨੂੰ ਇਹਨਾਂ ਨੂੰ ਬਿਠਾ ਕੇ ਅਸੀਂ 6-6 ਘੰਟੇ ਛਿੱਤਰ ਮਾਰੇ ਨੇ ਚੰਗੀ ਤਰ੍ਹਾਂ ਨਸਾਇਆ, ਫਿਰ ਗੋਲੀ ਮਾਰ ਕੇ ਜਿਸ ਤਰ੍ਹਾਂ ਸ਼ਿਕਾਰ ਨਹੀਂ ਖੇਡੀ ਜੀ ਉਹ, ਅਤੇ ਉਹ ਜਿਹੜਾ ਅਮਰ ਨਜ਼ੀਰ ਆ ਜਿਹੜਾ ਤੜੀ ਲਾ ਰਿਹਾ ਸੀ ਕਿ ਹੁਣ ਅਸੀਂ ਹੁਣ ਜਾਵਾਂਗੇ ਹਜ਼ੂਰ ਤੁਹਾਡੇ ਖਲੀਫਾ ਦੇ ਕੋਲ ਅਤੇ ਪੈਸੇ ਮੰਗਾਂਗੇ, ਉਹ ਇੰਨਾ ਕਹੋ ਕਿ ਕਿਸੇ ਤਰ੍ਹਾਂ ਦੱਸੇ ਤਾਂ ਦਈ ਨਾ ਉਹ ਦਿਨ ਕਿ ਕਿਸ ਦਿਨ ਜਾਣਾ ਹੈ, ਬੋਲੇ ਕਿ ਇਹ ਡੇਟ ਇਹ ਦਿਨ ਹੈ, ਤਾਂ ਦੇਖ ਲਵਾਂਗੇ ਫਿਰ ਆ ਕੇ ਅੱਗੇ ਅਸੀਂ ਵੀ। ਇਹਨੂੰ ਜੋ ਸ਼ੌਕ ਚੜ੍ਹਿਆ ਅਮਰ ਨਜ਼ੀਰ ਨੂੰ ਤੜੀ ਲਾ ਰਿਹਾ ਸੀ, ਅੱਜ ਵੀ ਕੱਲ੍ਹ ਵੀ ਮਾਰਿਆ, ਸੁਬਹਾ ਵੀ ਲੱਗਿਆ ਸੀ ਭੌਂਕਣਾ, ਸੂਰ ਨੂੰ ਮਾਰੋ ਨਾ ਖੰਜਰ ਜਿਸ ਤਰ੍ਹਾਂ ਚੀਖਾਂ ਨਿਕਲਦੀ ਨਾ ਉਸ ਤਰ੍ਹਾਂ ਚੀਖਾਂ ਨਿਕਲ ਰਹੀ ਸੀ ਅਮਰ ਨਜ਼ੀਰ ਦੀ। ਉਹ ਥੱਲੇ ਖੰਜੀਰ ਵੀ ਬੈਠਾ ਕਾਲ ਪਾ ਕੇ, ਜਦੋਂ ਮਾਂ ਦਾ ਅੱਜ ਤੱਕ ਪਤਾ ਨਹੀਂ ਲੱਗਾ ਕਿਤੇ ਥੱਲੇ ਜਾ ਕੇ ਪੈਂਦੀ ਰਹੀ ਹੈ। ਓਏ ਰਾਵ ਨਹੀਂ ਮਾਂ ਜਾ ਆਪਣੀ ਮਾਂ ਤੋਂ ਪਤਾ ਕਰਾ ਲੱਗੇ, ਜਦੋਂ ਇੱਕ ਬੰਦੇ ਕੋਲ ਜਾਏ ਉਹ ਇੱਕ ਬੰਦੇ ਕੋਲ ਜਾਏ ਤੇ ਅਸੀਂ ਗਾਲੀ ਬਾਦਰੀ ਆਪਣੇ ਹੁੰਦੇ ਸੀ, ਯਕੀਨ ਕਰ ਇਹਦੀ ਵਾਲਦਾ 7-7 ਦਿਨ ਨਹੀਂ ਨਹਾਉਂਦੀ ਰਹੀ, ਉਹ ਛੀਲਾ ਕਰਦੀ ਹੁੰਦੀ ਸੀ ਜਦੋਂ ਜਨਾਹ ਕਰਾ ਲੈਂਦੀ ਸੀ ਨਾ, ਉਦੋਂ ਬਾਅਦ ਵਿੱਚ ਫਿਰ ਨਹਾਉਂਦੀ ਹੁੰਦੀ ਸੀ। ਚੰਗਾ ਰਿਹਾ ਹੁਣ ਪਿੱਛੇ ਮਾਂ ਦੱਸਦਾ, ਫਿਰ ਮੈਂ ਜਿਹੜਾ ਸਵਾਲ ਕੀਤਾ ਸੀ ਅੱਜ ਛੋਟਾ ਹੁੰਦਾ ਸੀ ਤੇ ਹੁਣ ਦੱਸ ਗਏ ਇਹਨੂੰ ਮਾਰੋ ਮਿਊਟ, ਇਹਨੂੰ ਉੱਪਰ ਦਿਖਾ ਜਾ ਤੂੰ। ਥੋੜੀ ਦੇਰ ਪਹਿਲੇ ਆਇਆ ਸੀ, ਫਿਰ ਮੇਰੇ ਕੋਲ ਕਸਟਮਰ ਆ ਗਿਆ। ਅੱਛਾ, ਮੈਂ ਕਿਹਾ ਜੀ ਉਹ ਬਿਲਾਲ ਹਨੀਫ ਸਾਹਿਬ ਬੈਠੇ ਨੇ ਤੇ ਮੈਂ ਉਹਨਾਂ ਨੂੰ ਦੱਸਦਾ ਕਿ ਆਪਣਾ ਮੀਰ ਸਾਹਿਬ ਉੱਥੇ ਬੈਠੇ ਨੇ, ਜਿਹਨੇ ਜਾਣਾ ਉਹਨਾਂ ਨਾਲ ਡਾਇਰੈਕਟ ਜਾ ਕੇ ਗੱਲ ਕਰ ਰਹੇ, ਅਮਰ ਨਜ਼ੀਰ ਸਾਹਿਬ ਵੀ ਕਰ ਸਕਦੇ ਆ। ਨਿਊਯਾਰਕ ਦੇ ਕੋਈ ਮਸਲਾ ਨਹੀਂ, ਮੈਂ ਕਿਹਾ ਐਡਰੈਸ ਪੂਰਾ ਦੇ ਦੀ ਨਾ, ਥੱਲੇ ਕੋਈ ਨਾ ਕੋਈ ਸੁਣਦਾ ਹੀ ਹੋਣਾ। ਮਿਹਰਬਾਨੀ ਤੇ ਕਰੋ ਮੇਰੀ, ਮੈਂ ਇੱਕ ਮਿਹਰਬਾਨੀ ਤੇ ਕਰੋ ਤੁਸੀਂ,
ਇਹ ਜਿਹੜਾ ਅਮਨ ਨਜ਼ੀਰ ਆ ਨਾ, ਜਦੋਂ ਤੁਸੀਂ ਜਾਂਦੇ ਹੋ ਉਹਨਾਂ ਨੂੰ, ਅਮਨ ਨਜ਼ੀਰ ਅਗਰ ਹੋਇਆ ਉਹ ਤੜੀ ਛੜੀ ਅੱਜ ਕੱਲ੍ਹ ਲਾ ਰਹੇ ਨੇ ਕਿ ਪੈਸੇ ਕੱਢ ਲਵਾਂਗੇ, ਇਹ ਕਰ ਲਵਾਂਗੇ, ਉਹ ਕਰ ਲਵਾਂਗੇ, ਇਹਨੂੰ ਤੁਸੀਂ ਕਹਿਣਾ ਕਿ ਤੂੰ ਦੱਸ ਕਿੱਦੋਂ ਤੂੰ ਜਾਣਾ, ਠੀਕ ਹੈ, ਅਤੇ ਫਿਰ ਉਸ ਦਿਨ ਫਿਰ ਦੇਖ ਲਵਾਂਗੇ ਜਿਹੜੇ ਤੂੰ ਪੈਸੇ ਕੱਢਣੇ ਇਹਨਾਂ ਨਾਲ ਕੱਢ ਕੇ ਦੱਸ ਦਿਓ। ਬੈਠਾਂਗੇ ਜਾਵਾਂਗੇ ਸਾਰੇ ਡਰ ਜਾਂਗੇ, ਇਹ ਪਾਕਿਸਤਾਨ ਨਹੀਂ ਹੈ, ਇਹ ਸਿਰਫ ਦੱਸ ਦਾਂਗੇ ਕਿਸ ਦਿਨ ਇਹਨਾਂ ਨੇ ਪਹੁੰਚਣਾ ਹੈ, ਤੇ ਟ੍ਰੇਨ ਦੀ ਅਸੀਂ ਤਾਂ ਇੰਜਣ ਚੁੱਕ ਕੇ ਇਹਨਾਂ ਨੂੰ ਮਾਰ ਮਾਰ ਕੇ ਇਹਨਾਂ ਦੀ ਚੀਰ ਕੇ ਰੱਖ ਦੇਣਾ ਇਹਨਾਂ ਨੂੰ। ਗੱਲ ਇਹ ਉਹਨੂੰ ਮੈਂ ਉਸ ਦਿਨ ਵੀ ਬਰਾੜ ਦੇ ਭਾਰ ਨਾਲ ਜਵਾਬ ਦਿੱਤਾ ਸੀ ਆਪਣੀ SAS ਬਰਾੜ ਤੋਂ ਜਾਂ ਕਿਸੇ ਹੋਰ ਤੋਂ, ਕਿ ਅਮਨ ਨਜ਼ੀਰ ਸਰ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਪਾਕਿਸਤਾਨ ਇੰਜ ਦੀ ਆਵਾਜ਼ ਕੱਢ ਕੇ ਵੇਖੋ, ਲੈ ਤੁਸੀਂ ਹਕੂਮਤ ਨੂੰ ਵਿੱਚੋਂ ਕੱਢ ਦਿਓ ਅਤੇ ਨਾ ਤੁਹਾਨੂੰ ਜਵਾਬ ਮਿਲਣ ਤਾਂ ਫਿਰ ਗੱਲ ਹੋਈ ਨਾ, ਦੱਸਤੀ ਵੀ ਤਾਂ ਜ਼ੁਬਾਨੀ ਵੀ। ਤੁਸੀਂ ਪੁਲਿਸ ਇੰਤਜ਼ਾਮੀਆ ਅਤੇ ਜਿਹੜੇ ਮੁਨਸਿਫ ਹੈਗੇ ਨਾ ਉਹਨਾਂ ਨੂੰ ਨਾਲ ਰਲਾ ਕੇ ਜਿਹੜਾ ਖੇਡਦੇ ਹੋ ਨਾ, ਉੱਥੇ ਆ ਕੇ ਸਾਨੂੰ ਜਿਹੜਾ ਪਰੇਸ਼ਾਨੀ ਹੁੰਦੀ, ਅਦਰਵਾਈਜ਼ ਭੱਜਦਿਆਂ ਨੂੰ ਹਲਵਾਨ ਇੱਕੋ ਜਿਹੀ। ਉਹ ਵਿਕਾਸ ਬਰੂੜਾ ਵੀ ਆ ਗਿਆ, ਨਾਚੁਰਿਸ਼ ਵਿਕਾਸ ਬਰੂੜਾ ਵੀ ਜ਼ਿਲ੍ਹਾ ਆਫੀਸ ਫਲ ਦਾ ਵਜ ਸੇ ਸਾਜ਼ਿਸ਼ ਤੇ ਲਾਓ ਤੇ ਜ਼ੋਨ ਨੰਬਰ 6 ਵਿੱਚ ਥਾ ਉਹ ਸਾਈਡ ਜ਼ੋਰੇ ਉਸ ਨੇ ਉਹ ਦਨ ਜ਼ੋਨ ਨੰਬਰ ਆਫ ਬਾਈ ਫਰਮ ਨਾ ਖੂਬ ਅਵਸੀ ਮਿਤ ਨਾ ਟ੍ਰੇਨ ਵਿੱਚ ਸਪੀਸ ਇਨ ਫੀਰ ਮਾਲੂਮ ਦਾ ਮਿਤ ਦਾ ਸਮੈਕ ਵਿਜ਼ੋ ਬਿਨਿਸ਼ ਬਹੁਤ ਬਹੁਤ ਪ੍ਰਿਵੈਂਟ ਫਰਮ ਦਾ ਨਾਮ ਨਾ ਜੀ ਨਹੀਂ ਸਟੇ ਰਹੇ ਸਾਹਿਬ, ਇਹ ਮਿਹਰਬਾਨੀ ਹੈ ਤੁਸੀਂ ਨਾ ਬਸ ਮੈਸੇਜ ਦੇ ਦੇਣਾ ਕਿ ਤੂੰ ਜਿਹੜੀ ਧਮਕੀ ਦਿੱਤੀ ਹੈ ਨਾ ਮੁੰਡੇ ਤਿਆਰ ਬੈਠੇ ਨੇ ਤੇ ਦੱਸ ਕਿਸ ਦਿਨ ਪਹੁੰਚਣਾ, ਦੱਸ ਦਿਓ ਉਸ ਦਿਨ ਤੇ ਅਸੀਂ ਬਸ ਪਹੁੰਚ ਜਾਵਾਂਗੇ ਇਨਸ਼ਾਅੱਲਾ। ਇੱਕ ਬੰਦੇ ਨੂੰ ਜਵਾਬ ਦੇਣਾ, ਕਾਮਲ ਪੀਰ ਸਾਹਿਬ ਜਿਹੜੇ ਨੇ ਨਾ, ਇਹ 7 ਸਤੰਬਰ 622 ਈਸਵੀ ਨੂੰ ਵੀ ਜਿਹੜਾ ਨਾ ਉਦੋਂ ਵੀ ਇੱਕ ਅਸੈਂਬਲੀ ਨੇ ਫੈਸਲਾ ਕੀਤਾ ਸੀ, ਉਹ ਪਤਾ ਜੀ ਕਿਹਨਾਂ ਦੇ ਖਿਲਾਫ ਕੀਤਾ ਸੀ, ਇਹਨਾਂ ਦੇ ਖਿਲਾਫ, ਉਹ ਪਿਆਰੇ ਆਕਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਖਿਲਾਫ ਅਬੂ ਜੇਲ ਦੀ ਅਸੈਂਬਲੀ ਨੇ ਕੀਤਾ ਸੀ। ਹਾਂ ਬਿਲਕੁਲ, ਹਾਂ ਹਾਂ ਠੀਕ ਆ ਜੀ। ਜਿਹੜੀ ਇਹਨੂੰ ਵੇਖ ਕੇ ਆਪਣੀ ਜਿਹੜੀ ਪੂਛਲ ਦੋਵੇਂ ਆਪਣੇ ਝੂਠੇ ਤੇ ਕਰ ਲੈਂਦੀ ਕਿ ਇਹ ਗੰਦਾ ਨਾ ਵਿੱਚ ਮੂੰਹ ਮਾਰ। ਤਾਰਕ ਸਾਹਿਬ ਮੈਨੂੰ ਇਜਾਜ਼ਤ ਦਿਓ, ਤੁਸੀਂ ਰਹਿਣ ਦਿਓ, ਜੇ ਤੁਸੀਂ ਆਉਂਦੇ ਹੋ ਤੇ ਮੈਨੂੰ ਆਪਣਾ ਚੁੱਕ ਲੈਣਾ, ਜੇ ਆਪਣੇ ਪਿਓ ਦਾ ਤੇ ਆਵਾਜ਼ ਮੈਨੂੰ ਕੱਢ ਕੇ ਦਿਖਾਏ, ਜੇ ਕਿਸੇ ਕੁੱਤੀ ਦਾ ਜਿਹੜਾ ਇਹਦੀ ਮਾਂ ਨਹਾਉਂਦੀ ਨਹੀਂ ਸੀ ਜੀ ਹੁੰਦੀ ਹੈ ਉਹਦਾ ਉਹ ਬੱਚਾ ਜੇ ਚੁੱਕੋ ਨਾ ਚੁੱਕੋ ਦਾ ਕੋਲ ਲੈ ਕੇ ਰੋਦਰ ਦੁਬਾਰਾ ਜੀ ਅਸੀਂ ਦੀ ਰਹਿਣ ਦੋ ਦਫਾ ਕਰੋ। ਮੁਬਾਰਕ ਹੋਏ, ਪੈਸੇ ਆ ਗਏ ਨੇ, ਖੈਰ ਮੁਬਾਰਕ, ਖੈਰ ਮੁਬਾਰਕ। ਬਸ ਸ਼ਰਾਬੀਆਂ ਕੋ ਬਚੋ ਭਾਜੀ। ਉਹ ਨਹੀਂ ਨਹੀਂ ਉਹ ਰਹਿਣ ਦੇ, ਉਹ ਰਹਿਣ ਦੇ ਦਫਾ ਕਰ, ਉਹ ਦੱਸਾਂਗਾ। ਆਸਟ੍ਰੇਲੀਆ ਸਾਹਿਬ ਕੀ ਕਰਦੇ ਸੋ ਗੱਲ ਤੁਸੀਂ ਕਰਦੇ ਹੋ? ਮੈਂ ਉਹੀ ਗੱਲ ਕਰਦਾ ਸੀ ਵੀ ਅਬੂ ਜੇਲ ਦੀ ਅਸੈਂਬਲੀ ਨੇ ਵੀ ਨਾ 7 ਸਤੰਬਰ 622 ਹਿਜਰੀ ਚ ਬਿਲਕੁਲ ਇਦਾਂ ਦਾ ਹੀ ਫੈਸਲਾ ਕੀਤਾ ਸੀ। ਬਿਲਕੁਲ ਠੀਕ ਹੈ, ਇਹ ਅਬੂ ਜੇਲ ਸਾਨੀ ਹੈਗੇ ਨੇ, ਬਿਲਕੁਲ ਠੀਕ ਹੈ, ਉਹਦੀ ਕੌਮ ਹੈਗੀ, ਬਿਲਕੁਲ ਠੀਕ ਹੈ।
ਨਹੀਂ ਸਤੇਰਾ ਸਾਹਿਬ ਉਹ ਅਮਨ ਨਜ਼ੀਰ ਨੂੰ ਪੈਗਾਮ ਦੇ ਦੇਣਾ ਤੇ ਉਹਨੂੰ ਕਹਿਣਾ ਕਿ ਉਹ ਜਿਹੜਾ ਵੀ ਬੈਠਾ ਅਮੈਰੀਕਾ ਕੀ ਨਾਮ ਉਹਦਾ ਮੁਬਾਰਕ ਸਾਹਿਬ ਗਏ ਨੀ ਉਹਨਾਂ ਕਿਹਾ ਉਹ ਗੱਲ ਬਾਤ ਕਰੀ ਉੱਥੇ ਲੜਨ ਥੋੜੇ ਗਿਆ ਸੀ ਉਹਦੇ ਇੱਕ ਪੁਰ ਅਮਨ ਮਨਸੂਬੇ ਤੇ ਗਏ ਸੀ ਬਸ ਗੱਲ ਹੈ ਕਿ ਇਹ ਜਿਹੜੇ ਯੰਗ ਲੋਕ ਹੁੰਦੇ ਨੇ ਨਾ ਉਹਨਾਂ ਨੂੰ ਇਸ਼ਤਿਆਲ ਦਿਵਾਉਣ ਵਾਸਤੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਇਸ਼ਤਿਆਲ ਹੋਏਗਾ ਤਮਾਸ਼ਾ ਬਣੇਗਾ ਲੜਾਈ ਹੋਏਗੀ ਅਤੇ ਵਾਹ ਵਾਹ ਹੋ ਜਾਏਗੀ ਇਹ ਉਹੀ ਹੈ ਜਿਹੜਾ 29 ਮਈ ਜਾਂ ਉਸ ਤੋਂ ਪਹਿਲੇ ਜਿਹੜੀ ਉਹ 20-21 ਮਈ ਨੂੰ ਇੱਥੋਂ ਇਹ ਮੁੰਡੇ ਲੰਘੇ ਸੀ ਉਹ ਕਾਲਜੀ ਨਸ਼ਟਰ ਮੈਡੀਕਲ ਕਾਲਜ ਦੇ ਕਹਿਣ ਲੱਗੇ ਜੀ ਅਸੀਂ ਹੋਰਾਂ ਲੈ ਕੇ ਆਏ ਆ ਅੱਗੋਂ ਵਾਹ ਫਰਿਸ਼ਤਿਆਂ ਨਾਲ ਪੈ ਗਿਆ ਉਹਨਾਂ ਕਿਹਾ ਉਹ ਤੁਹਾਨੂੰ ਦਿੰਦੇ ਆ ਫਿਰ ਯਾਰ ਥੱਲੇ ਰਾਣਾ ਤਾਹਿਰ ਸਾਹਿਬ ਬੈਠੇ ਨੇ ਉਹਨਾਂ ਦਾ ਵੀ ਨਾਂ ਉਹਨੇ ਲਿਖ ਕੇ ਲਾਇਆ ਕਿ ਰਾਣਾ ਤਾਹਿਰ ਸਾਹਿਬ ਵੀ ਉਹਨਾਂ ਦੇ ਮੌਕਫ ਦੀ ਯੂਸਵੀ ਸਾਹਿਬ ਆਏ ਨੇ ਯੂਸਵੀ ਸਾਹਿਬ ਆਉਂਦੇ ਨੇ ਤੇ ਫਿਰ ਗੱਲ ਕਰਨੇ ਆ ਨਾ ਨਾ ਥੱਲੋਂ ਤੇ ਯੂਸਵੀ ਇੱਕ ਯੂਸਵੀ ਉਹ ਥੱਲੇ ਕੁਝ ਨਹੀਂ ਹੁੰਦਾ ਤੈਨੂੰ ਕੁਝ ਨਹੀਂ ਆਉਂਦਾ ਡਰਦਾ ਤੇ ਬੜਾ ਤੂੰ ਚੁੱਕ ਲਓ ਜਿਹੜਾ ਤੈਨੂੰ ਚੁੱਕਣਾ ਜੇ ਰਾਣਾ ਤਾਹਿਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਦਾ ਮੌਕਫ ਠੀਕ ਹੈ ਅਹਿਮਦ ਦੀ ਦਾਦ ਸਾਹਿਬ ਦੇ ਹਵਾਲੇ ਨਾਲ ਤੇ ਸਾਨੂੰ ਵੀ ਜ਼ਰਾ ਦੱਸ ਦੇਣ ਨਾ ਰਾਣਾ ਤਾਹਿਰ ਸਾਹਿਬ ਥੱਲੇ ਨੇ ਰਾਣਾ ਤਾਹਿਰ ਸਾਹਿਬ ਤੁਹਾਡਾ ਨਾਂ ਲਿਖ ਕੇ ਲਾਇਆ ਉਹਨੇ ਉੱਥੇ ਆ ਜਾਓ ਉੱਤੇ ਜ਼ਰਾ ਆ ਜਾਓ ਇਹ ਯੂਸਵੀ ਨੂੰ ਤੁਸੀਂ ਗੱਲਬਾਤ ਕਰ ਲਓ ਆਹੋ ਯੂਸਵੀ ਆ ਗਏ ਭੱਜ ਗਿਆ ਵਿਚਾਰਾ ਉਹ ਡਰਦਾ ਬੜਾ ਆਪਣੀ ਖੁੱਡ ਚੋਂ ਨਿਕਲਣ ਤਾਂ ਫੇਰ ਨਾ ਕਿਤੇ ਚੜਨ ਉੱਤੇ ਬਰਾੜ 'ਚ ਨਹੀਂ ਉਹ ਰਾਣਾ ਤਾਹਿਰ ਸਾਹਿਬ ਨੂੰ ਤੇ ਬੁਲਾਓ ਉਹ ਤੇ ਆਪਣੇ ਭਾਈ ਨੇ ਉਹਨਾਂ ਕੋ ਪੁੱਛੀਏ ਉਹਨਾਂ ਦਾ ਨਾਂ ਉੱਥੇ ਬਰਾੜ ਤੇ ਲਿਖ ਕੇ ਲਾਇਆ ਤੇ ਉਹ ਸਾਨੂੰ ਵੀ ਸਮਝਾ ਦੇਣ ਨਾ ਰਾਣਾ ਸਾਹਿਬ ਬਸ਼ਰ ਅਜ਼ਾ ਸਾਹਿਬ ਗੱਲ ਇਹ ਕਿ ਅਹਿਮਦ ਦੀ ਦਾਦ ਦਾ ਕੋਈ ਇੱਕ ਅਕੀਦਾ ਹੈ ਹੀ ਨਹੀਂ ਮੈਂ ਜੋ ਨਤੀਜੇ ਤੇ ਪਹੁੰਚਿਆ ਨਾ ਬਿਲਕੁਲ 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 ਜਿੱਥੇ ਜਿਹੜਾ ਉਹਨੇ ਕੋਈ ਇੰਜੈਕਸ਼ਨ ਲੱਗਿਆ ਨਾ ਉਹਨੇ ਠੋਕ ਮਾਰਿਆ ਬਿਲਕੁਲ ਇਹ ਆਪਣੇ ਬਾਬੇ ਨੂੰ ਆਪ ਗੰਦਾ ਕਰ ਰਹੇ ਨੇ ਹਾਲਾਂਕਿ ਉਹਦੀ ਕਿਤਾਬ ਤੋਂ ਇਹ ਬਿਲਕੁਲ ਸਾਬਤ ਹੈ ਕਿ ਉਹਦਾ ਇਹੀ ਅਕੀਦਾ ਸੀ ਮਸੀਹ ਮੌਊਦ ਅਲੈਹਿ ਸਲਾਮ ਵਾਲਾ ਲੇਕਿਨ ਇੱਕ ਜਗ੍ਹਾ ਤੇ ਉਹਨੇ ਵੀਡੀਓ ਤੇ ਆਪਣਾ ਅਕੀਦਾ ਦੂਜਾ ਦੱਸਿਆ ਠੀਕ ਹੈ ਹਰ ਜਗ੍ਹਾ ਤੇ ਡਿਫਰੈਂਟ ਅਕੀਦਾ ਦੱਸਦਾ ਸੀ ਜਿੱਥੇ ਜਾਂਦਾ ਸੀ ਉਂਝ ਦਾ ਹੋ ਜਾਂਦਾ ਸੀ ਨਹੀਂ ਉਹ ਜਿਹੜੀ ਉਹਦੀ ਕਿਤਾਬ ਹੈ ਨਾ ਜਿਹੜੀ ਮੀਰ ਸਾਹਿਬ ਪਹਿਲੇ ਦਿਨ ਤੋਂ ਮੈਂਸ਼ਨ ਕਰ ਰਹੇ ਨੇ ਉਹਦੇ ਚ ਕਲੀਅਰਲੀ ਉਹਦਾ ਅਕੀਦਾ ਉਹੀ ਹੈ ਜੋ ਮੀਰ ਸਾਹਿਬ ਕਹਿ ਰਹੇ ਨੇ ਹਾਂ ਤੇ ਫਿਰ ਸਹੀ ਹੈ ਨਾ ਵੀ ਉਸ ਕਿਤਾਬ ਚੋਂ ਆ ਕੇ ਉਹ ਗਲਤ ਸਾਬਤ ਕਰਦੇ ਤੇ ਬੜੀ ਵੱਡੀ ਗੱਲ ਹੈ ਲੇਕਿਨ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਦੋਸਤ ਜਿਹੜੇ ਨੇ ਉੱਥੇ ਜਾ ਕੇ ਉਹ ਕਿਤਾਬ ਪੜ੍ਹੇ ਬਗੈਰ ਜਾ ਕੇ ਉੱਥੇ ਇਹ ਬਿਆਨ ਕਿਉਂ ਦਿੰਦੇ ਨੇ ਅਮਰ ਸਾਹਿਬ ਤੁਸੀਂ ਠੀਕ ਹੋ ਕਿਤਾਬ ਪੜ੍ਹਦੇ ਨਹੀਂ ਹਾਲਾਂਕਿ ਅਹਿਮਦੀ ਦਾ ਤਸ਼ੇਵਾ ਇਹ ਹੋਣਾ ਚਾਹੀਦਾ ਤਹਿਕੀਕ ਕਰੇ ਕਿਤਾਬ ਪੜ੍ਹੇ ਜਿਹੜੀ ਪਹਿਲੇ ਦਿਨ ਤੋਂ ਮੈਂਸ਼ਨ ਕਰ ਰਹੇ ਨੇ ਉਹ ਕਿਤਾਬ ਪੜ੍ਹੇ ਬਗੈਰ ਜਾਂਦੇ ਨੇ ਉੱਥੇ ਐ ਜੀ ਅਮਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਮੈਂ ਇਸ ਤੋਂ ਇਹਨਾਂ ਕੋਲ ਪੁੱਛਣਾ ਚਾਹ ਰਿਹਾ ਸਾਂ ਕਿ ਉੱਤੇ ਤਸ਼ਰੀਫ ਲੈ ਆਵੋ ਤੁਹਾਡਾ ਨਾਂ ਲਿਖ ਕੇ ਲਾਇਆ ਉਹਨੇ ਅੱਛਾ ਲੇਕਿਨ ਮੁਬਸ਼ਰ ਸਾਹਿਬ ਨੇ ਗੱਲ ਤਾਂ ਦੱਸੋ ਜੀ ਜੀ ਇਹ ਜਿਹੜਾ ਅਮਰ ਨਜ਼ੀਰ ਦੀ ਕਹਿ ਰਿਹਾ ਮੈਂ ਅਹਿਮਦ ਦਿਤਾਰ ਜਿਹੜਾ ਇਹਦੀ ਤੁਸੀਂ ਉਹ ਵੀਡੀਓ ਦੇਖੀ ਹੈ ਜਦੋਂ ਇਹ ਹੋਸਪਿਟਲ ਲੇਟਿਆ ਬੈੱਡ ਦੇ ਉੱਤੇ ਜਦੋਂ ਇਹਦੀ ਬਹੁਤ ਹੋਈ ਹੈ
ਨਹੀਂ ਮੈਂ ਨਹੀਂ ਦੇਖੀ, ਦੇਖੋ ਜ਼ਰਾ ਇਹਦੇ ਚੌਕੀ ਯੂਟਿਊਬ ਤੇ ਆਵੇ ਤੁਸੀਂ ਸੀ ਨਾ ਸਾਊਥ ਅਫਰੀਕਾ ਦੇ ਅੰਦਰ, ਸਾਊਥ ਅਫਰੀਕਾ ਦੇ ਅੰਦਰ ਇਹਦਾ ਕਤਲ ਹੋ ਗਿਆ ਸੀ ਇਹਦੇ ਪੁੱਤਰ ਦਾ ਵੀ। ਅੱਛਾ ਤੁਸੀਂ ਉਹੀ ਮੈਂ ਕਹਿ ਰਿਹਾ ਨਾ, ਤੁਸੀਂ ਇਹਦਾ ਨਾਮ ਲਿਖੋ ਯੂਟਿਊਬ ਦੇ ਅੰਦਰ, ਠੀਕ ਹੈ, ਵੀਡੀਓ ਦੇਖੋ ਜਿਹੜੀ ਮੌਤ ਹੋਈ ਹੈ, ਤੁਸੀਂ ਘਬਰਾ ਜਾਓਗੇ। ਇਹ ਜਿਸ ਤਰ੍ਹਾਂ ਇਹਦੇ ਨਾਲ ਹੋਇਆ ਨਾ ਫਸਟ ਆਫ ਆਲ, ਮੈਨੂੰ ਨਹੀਂ ਪਤਾ ਕਿ ਉਹ ਦੱਸਦੇ ਨਹੀਂ ਹੈ ਸਾਰੀ ਪੂਰੀ, ਲੇਕਿਨ ਤੁਸੀਂ ਦੇਖੋ ਚੀਖਾਂ ਮਾਰ ਰਿਹਾ ਉਹ ਹੋਸਪਿਟਲ ਲੇਟੇ ਤਾਂ ਚੀਖਾਂ ਲੱਗ ਉਹਦੀ ਨਿਕਲ ਰਹੀ ਹੈ ਆਵਾਜ਼ ਦਾ, ਅਤੇ ਇਹਦਾ ਪੁੱਤਰ ਵੀ ਸਾਊਥ ਅਫਰੀਕਾ ਦੇ ਅੰਦਰ ਕਤਲ ਕਰ ਦਿੱਤਾ ਸੀ ਆਪਣਾ ਅਨਵਰ ਰਵਾਨ ਭਾਈ ਅਤੇ ਸਾਰੇ ਦੂਸਰੇ ਰਜ਼ਾ ਸਾਹਿਬ ਅਤੇ ਜੱਟ ਸਾਹਿਬ ਡਾਕਟਰ ਸਾਹਿਬ ਵੀ ਬੈਠੇ ਨੇ। ਇਹ ਮੈਂ ਦੂਸਰੀ ਤੀਸਰੀ 'ਚ ਪੜ੍ਹਦਾ ਸੀ ਅਤੇ ਚਨਿਓਡ ਅਸੀਂ ਪ੍ਰੋਫੈਸਰ ਸਾਹਿਬ ਰਹੇ ਹਾਂ, ਉੱਥੇ ਇੱਕ ਛੋਟੀ ਜਿਹੀ ਕਿਤਾਬ ਸੀ, ਹੁਣ ਮੈਨੂੰ ਪਤਾ ਨਹੀਂ ਕੋਈ ਜਮਾਤ ਲੋ ਸੀ ਜਾਂ ਉਹ ਚਨਿਊਟੀ ਲੋ ਸੀ, ਲੇਕਿਨ ਉਹਦੇ 'ਚ ਇੱਕ ਮਿਸਰ ਦੇ ਆਲਮ ਦਾ ਜਿਹੜਾ ਜ਼ਿਕਰ ਸੀ, ਉਹਨਾਂ ਦਾ ਨਾਂ ਜਿਹੜਾ ਹੈ ਉਹ ਅਲਾਮਾ ਮਹਿਮੂਦ ਸ਼ਲਤੂਤ ਸੀ। ਉਹਨਾਂ ਦਾ ਉਹ ਮਤਲਬ ਜਾਮਿਆ ਅਲ ਅਜ਼ਹਰ ਦੇ ਵਿੱਚ ਉਹ ਮੁਫਤੀ ਜਾਂ ਉਹ ਮਤਲਬ ਹਾਈ ਲੈਵਲ ਦੇ ਜਾਂ ਲੈਕਚਰਰ ਸੀ ਜਾਂ ਪ੍ਰੋਫੈਸਰ, ਇਸ ਲੈਵਲ ਦੇ ਉਹ ਅਲਾਮਾ ਸਾਹਿਬ ਸਨ। ਬਿਲਕੁਲ ਵਾਜ਼ੇ ਤੌਰ 'ਤੇ ਇਸ ਚੀਜ਼ ਦਾ ਮੌਕਾ ਪੇਸ਼ ਕੀਤਾ ਸੀ ਕਿ ਹਜ਼ਰਤ ਮਸੀਹ ਇਬਨੇ ਮਰੀਮ ਜਿਹੜੇ ਨੇ ਉਹ ਆਮ ਇਨਸਾਨਾਂ ਤਰ੍ਹਾਂ ਬਹੁਤ ਹੋਏ ਨੇ, ਮਤਲਬ 40-45 ਸਾਲ ਹੋ ਗਏ ਨੇ, ਲੇਕਿਨ ਇੰਨਾ ਮੈਨੂੰ ਉਹ ਅੱਲਾ ਦਾ ਫਜ਼ਲ ਹਾਫਜ਼ਾ ਹੈਗਾ ਮੇਰਾ ਕਿ ਮੈਨੂੰ ਬਿਲਕੁਲ ਯਾਦ ਨਹੀਂ ਉਹਦੇ ਜਵਾਬ ਬਣਕੇ ਮਨਜ਼ੂਰ ਜਿੰਨੀ ਗੁਫ਼ਤਗੂ ਕੀਤੀ ਜਾ ਰਹੀ ਨਾ ਜੀ ਸਟੇਰੀਅਲ ਭਾਈ, ਜਿੰਨੀ ਆ ਗੁਫ਼ਤਗੂ ਕੀਤੀ ਜਾ ਰਹੀ ਹੈ ਨਾ ਕਿ ਉਹਦਾ ਕੀ ਅਕੀਦਾ ਅਤੇ ਇੰਨੇ ਗੈਰਤਮੰਦ ਨਹੀਂ ਹੈ, ਅਗਰ ਗੈਰਤਮੰਦ ਹੋਣ ਤਾਂ ਰਸੂਲ ਅੱਲਾਹ ਸਲਮ ਦੀ ਜ਼ਾਤ 'ਤੇ ਭੋਲੇ ਜਾਣ ਵਾਲਾ ਝੂਠਾਂ ਦਾ ਕਿਉਂ ਨਹੀਂ ਕਹਿੰਦੇ ਕਿ ਰਸੂਲ ਅੱਲਾਹ ਦੀ ਜ਼ਾਤ 'ਤੇ ਆ ਝੂਠ ਭੋਲਿਆ ਗਿਆ, ਕਿਉਂ ਨਹੀਂ ਕਹਿੰਦਾ ਕਿ ਅਹਿਮਦ ਰਜ਼ਾ ਖਾਨ ਬਰੇਲਵੀ ਨੇ ਫਲਾਣਾ ਝੂਠ ਬੋਲਿਆ ਰਸੂਲ ਅੱਲਾਹ ਦੀ ਜ਼ਾਤ 'ਤੇ, ਕਿਉਂ ਨਹੀਂ ਕਹਿੰਦਾ ਸ਼ੀਆ ਨੇ ਇਹ ਫਲਾਣਾ ਝੂਠ ਬੋਲਿਆ, ਕਿਉਂ ਨਹੀਂ ਕਹਿੰਦਾ ਭਾਬੀਆਂ ਨੇ ਫਲਾਣਾ ਝੂਠ ਬੋਲਿਆ। ਕੋਈ ਇੱਜ਼ਤ ਗੈਰਤ ਨਹੀਂ, ਇਹ ਸਾਨੂੰ ਡੀ ਟਰੈਕ ਕਰਨ ਦੀ ਨਾਕਾਮ ਕੋਸ਼ਿਸ਼ ਹੈ ਕਿ ਸਾਰੇ ਅਹਿਮਦੀ ਜਿਹੜੇ ਨੇ ਜਿਹੜੇ ਆਸ ਪਾਸੇ ਲੱਗੇ ਨੇ ਉਹਨਾਂ ਨੂੰ ਡੀ ਟਰੈਕ ਕਰਕੇ ਅਤੇ ਐਵੇਂ ਹੀ ਬੇਮਾਨੀ ਗੁਫ਼ਤਗੂ ਦੇ ਵਿੱਚ ਉਲਝਾ ਕੇ ਰੱਖੋ ਜਿਹਦੇ ਨਾਲ ਸਾਡਾ ਉਹਨਾਂ ਦਾ ਕੋਈ ਫਾਇਦਾ ਨੁਕਸਾਨ ਨਹੀਂ ਹੈ, ਸਾਡਾ ਨੁਕਸਾਨ ਹੀ ਨੁਕਸਾਨ ਹੈ, ਸਾਡਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਅਸੀਂ ਉਹ ਮੇਨ ਚੀਜ਼ ਨਹੀਂ ਲੋਕਾਂ ਤੱਕ ਪੇਸ਼ ਕਰ ਪਾ ਰਹੇ ਜਿਹਦੇ ਜਿਹਦਾ ਸਾਡਾ ਮੇਨ ਮਕਸਦ, ਉਹਦੇ ਵਾਸਤੇ ਚੀਜ਼ ਬੇਮਾਨੀ, ਉਹਦਾ ਨੁਕਸਾਨ ਹੀ ਨਹੀਂ ਹੈ, ਉਹਦਾ ਫਾਇਦਾ ਹੀ ਫਾਇਦਾ, ਲੇਕਿਨ ਸਾਡਾ ਨੁਕਸਾਨ ਹੈ, ਅਸੀਂ ਐਵੇਂ ਡੀ ਟਰੈਕ ਹੋ ਗਏ ਉਹਦੇ ਪਿੱਛੇ ਨੱਸੇ ਫਿਰਨੇ ਜੀ ਹਾਂਜੀ ਉਹਦਾ ਇਹ ਕੀਦਾ ਹੈ ਹੀ ਅਬ ਦੇ ਵਿੱਚ ਉਹਦਾ ਕੀਦਾ ਹੈ ਕਿ ਨਹੀਂ, ਕੁਰਾਨ ਕੀ ਕਹਿੰਦਾ ਸੀ ਇਹ ਵੇਖਣਾ, ਨਾ ਮੰਨ ਨੂੰ ਕੁਰਾਨ ਨੂੰ ਮੰਨਿਆ ਕਿ ਨਹੀਂ, ਨਹੀਂ ਮੰਨਦਾ ਕੁਰਾਨ ਨੂੰ ਤਾਂ ਜਾ ਇਹਨਾਂ ਦੇ ਘਰ ਫੈਸਲਾ ਹੋ ਗਿਆ ਮੁਬਾਰਕਾਂ ਕਿ ਦੀਨ ਫਰੋਸ਼ੀ ਦੇ 1,00,000 ਅਤੇ ਭੈਣ ਫਰੋਸ਼ੀ ਦੇ 600, ਇਹ ਸਾਬਤ ਕਰ ਰਹੇ ਨੇ ਅਤੇ ਤੈਨੂੰ ਕਾਲੂ ਮੈਂ ਕਹਿੰਦਾ ਵੇ ਚਿੱਟੀ ਦਾੜੀ ਵਾਲਿਆਂ ਨੂੰ ਵੱਡੇ ਵੱਡੇ ਬੁਰਸ਼ਿਆਂ ਨੂੰ ਤੂੰ ਨਕੇਲ ਪਾਈ ਹੈ ਤਾਂ ਉਹਨਾਂ ਕੋਲ ਸਾਬਤ ਨਹੀਂ ਆਇਆ, ਸਾਬਤ ਕਰੇ
ਇਹ ਤੈਨੂੰ ਨਾਮ ਲੱਭਾ ਤੇ ਉਹਨਾਂ ਨੂੰ ਖਰਾਤ ਲੰਬੀ ਹੈ, ਕੁੱਤੇ ਦੇ ਮੂੰਹ ਚ ਹੱਡੀ ਕਿਸੇ ਨੂੰ ਪਾਈ ਹੈ, ਬਸ ਇੰਨਾ ਫਰਕ ਹੈ। ਅੱਛਾ ਉਹ ਉਹ ਵੇਖੋ ਨਾ ਉਹ ਪ੍ਰੇਤ ਜਿਹੜੀ ਹੈ, ਪ੍ਰੇਤ ਪ੍ਰੇਤ ਸਮਝਦੇ ਹੋ ਭੱਟ ਸਾਹਿਬ, ਵੱਡਾ ਕੱਛੂ ਕੁਮਾ। ਜੰਬਾਈਅਤ ਦਾ ਚਿਹਰਾ ਵਾਜ਼ੇ ਹੋ ਗਿਆ ਕਿ ਇਹੋ ਜਿਹੇ ਫੈਸਲੇ ਕਰ ਸਕਦੇ ਜੰਬਾਈਅਤ। ਚਲੋ ਉਹਦੀ ਵੀ ਸੁਣੀ ਗਈ ਹੈ, ਪਤਾ ਨੀ ਕਿੰਨੇ ਸਾਲ ਹੋ ਗਏ, ਪਿੰਡਰਾ ਸਿੰਘ ਮੇਰੀ ਵੀ ਸੁਣ ਲੋ। ਮੈਂ ਤੇ ਇੱਕੋ ਗੱਲ ਕਹੀ ਹੈ, ਇਸ ਗੱਲ ਨੂੰ ਇਹ ਜਿਹੜਾ ਨਾ ਇਹਨੂੰ ਆਮ ਕਰੋ ਕਿ ਇਹ ਜਨਾਬ ਪੈਸੇ ਵਾਸਤੇ, ਦੀਨ ਵਾਸਤੇ 1,00,000 ਰੁਪਇਆ ਤੇ ਭੈਣ ਵੇਚਣ ਦੇ ਲਈ 600 ਰੁਪਇਆ, ਇਹਨਾਂ ਦੀ ਔਕਾਤ ਹੈ 600 ਯੂਰੋ, ਇਹਨਾਂ ਦੀ ਔਕਾਤ ਸਿਰਫ ਇੰਨੀ ਹੈ। ਦੀਨ ਵਾਸਤੇ 1,00,000 ਰੁਪਇਆ ਵੇਚਣਗੇ, ਉਹ ਦਿੱਤਾ ਉਹ ਜਿਹੜੀ ਕੁੱਤੀ ਚੋਰਾਂ ਨਾਲ ਰਲੀ ਆ ਉਹਨੂੰ ਸਬੂਤ ਦਿੱਤਾ ਸੀ? ਬਿਲਕੁਲ ਨਹੀਂ ਦਿੱਤਾ। ਓਏ ਰੱਖ ਜਾਣਾ ਜਿਹੜਾ ਤੇਰਾ ਪਿਓ ਹੈ ਨਾ ਉਹ ਬਰੇਲਵੀ, ਉਹਨੂੰ ਆਖਦਾ ਰਿਕਾਰਡਿੰਗ ਪੂਰੀ ਲਾ ਕੇ ਦੱਸੇ ਨਾ 600 ਰੁਪਏ ਉਹਨੂੰ ਤੇ ਗੱਲ ਕਰੀ। ਕਾਲੂ ਨੇ ਉਹਨੂੰ ਕਹਿ ਕਹਿ ਕੇ ਜੇ ਮੈਂ ਤੈਨੂੰ ਜ਼ਰਦ ਰੰਗ ਵਹਾ ਦਾਂ, ਜ਼ਰਦ ਰੰਗ ਦੇ ਅਲਫਾਜ਼ ਵਹਾ ਦਾਂ, ਤੇ ਜੇ ਕਾਲੂ ਨੇ ਬਾਅਦ ਵਿੱਚ ਗੱਲ ਕੀਤੀ, ਪਹਿਲਾਂ ਕੀਤੀ ਹੁੰਦੀ, ਉਹਨੇ ਕੀਤੀ ਹੁੰਦੀ ਪਹਿਲਾਂ, ਉਹਨੇ ਕਾਲੂ ਨੂੰ ਰੋਕ ਨਹੀਂ ਸੀ ਛੇੜਨਾ। ਕਾਲੂ ਮੈਂ ਮੁਤਾਲਬਾ ਕਿਸੇ ਹੋਰ ਸ਼ਾਇਦ ਦਾ ਕੀਤਾ, ਤੂੰ ਕਿਸੇ ਹੋਰ ਦੀ ਦੇ ਰਿਹਾ ਹਵਾਲੇ, ਉਹ ਤੇ ਨਾਲ ਨਾਲ ਮੰਦਾ ਗਿਆ ਤੇ ਕਿੱਥੇ? ਬਿਲਕੁਲ ਉਹ ਕਹਿੰਦਾ ਨਾ ਮੈਂ ਪਹਿਲਾਂ ਅਨਵਰ ਭਾਈ ਨੇ ਪਹਿਲਾਂ ਦਿੱਤਾ ਹੁੰਦਾ, ਉਹਨੇ ਕਾਲੂ ਨੂੰ ਉਸਲੇ ਰੋਕ ਦਿਆ। ਫਿਰ ਕਾਲੂ ਇਮਰਾਨ ਨਜ਼ੀਰ ਦੇ ਪਿੱਛੇ ਦੌੜਦਾ ਰਿਹਾ, ਜਿੱਥੇ ਜਿੱਥੇ ਉਹ ਜਾਂਦਾ ਰਿਹਾ ਇਹ ਉਹਦੇ ਪਿੱਛਾ ਕਰਦਾ ਰਿਹਾ, ਕੱਢ ਮੇਰੇ ਪੈਸੇ। ਉਹ ਕੀ ਮੈਂ ਮੌਲਵੀ ਸੇ ਪੁੱਛੂੰਗਾ, ਇੱਕ ਵਾਰ ਵੀ ਉਹਨੇ ਆਖਿਆ ਕਾਲੂ ਜਿਹੜਾ ਉਹਨੇ ਮੁਤਾਲਬਾ ਕੀਤਾ ਤੂੰ ਪੂਰੇ ਨਹੀਂ ਕੀਤੇ, ਤੂੰ ਪੈਸੇ ਕਾਹਦਾ ਮੰਗਣ ਲੱਗੇ? ਇੱਕ ਵਾਰ ਵੀ ਆਖਿਆ ਨਹੀਂ ਆਖਿਆ। ਇਹਦਾ ਮਤਲਬ ਕਿ ਉਹਨਾਂ ਨੇ ਦੀਨ ਫਰੋਸ਼ੀ ਵਾਸਤੇ 1,00,000 ਵੇਚ ਕੇ ਦੇ ਲੈ ਕੇ ਤੇ ਆਪਣਾ ਦੀਨ ਵੇਚਿਆ, ਤੇ ਹੁਣ ਭੈਣ ਫਰੋਸ਼ੀ ਵਾਸਤੇ ਉਹ ਕਹਿੰਦੇ ਨੇ ਕਿ ਹੁਣ 600 ਦੇ ਦਿਓ। ਇਹ ਸਾਰੇ ਜਿਹੜੇ ਨਾ ਇਹ ਜਿੰਨੇ ਸ਼ੀਆ ਬਰੇਲਵੀ ਵਾਬੀ ਸਾਰੇ ਉਹੀ ਨੇ, ਦੀਨ ਫਰੋਸ਼ੀ ਕੇ 1,00,000, ਭੈਣ ਫਰੋਸ਼ੀ ਕੇ ਲਈ 600 ਯੂਰੋ। ਸੈਂਟ ਉਹ ਭਾਵੇਂ ਯੂਰੋ ਸਮਝ ਕੇ ਉਹ ਤਾਂ ਮਰਨ ਵਾਲੇ ਹੋ ਜਾਂਦੇ ਯੂਰੋ ਪਿੱਛੇ। ਸੈਂਟ 600 ਨੰਬਰ ਇਮਾਨ 1,00,000 ਰੁਪਇਆ ਕੀਮਤ ਹੈ ਤੁਹਾਡੇ ਇਮਾਨ ਦੀ, ਤੇ ਹੁਣ 600 ਤੇ ਆਉਣ ਲੱਗੇ ਹੋ ਤੇ 600 ਤੁਸੀਂ ਜਿਹੜੀ ਨਾ ਮਸ਼ੀਰਾਂ ਦੇ ਰੱਖੀ ਹੈ, ਇਮਾਨ ਫਰੋਸ਼ ਤੇ ਭੈਣ ਫਰੋਸ਼ ਅਮਰਜੀਤ ਐਂਡ ਕੰਪਨੀ ਬਗੈਰ
ਬਾਈ ਸਾਹਿਬ ਕਾਨੂੰ ਸਾਹਿਬ ਨੇ ਬਿਲਕੁਲ ਸਹੀ ਕਿਹਾ ਕਿ ਅਸੀਂ ਇਹ ਹੁਣ ਜਿਹੜਾ ਨਾ ਇਹਨਾਂ ਦੇ ਜਿਹੜਾ ਇਹਦੇ 'ਚ ਇਹਨਾਂ ਦਾ ਸਵਾਲ ਜਵਾਬ 'ਚ ਨਹੀਂ ਪੈਣਾ, ਇਹ ਸਾਡਾ ਜਿਹੜਾ ਨਾ ਸਾਨੂੰ ਡੀ ਟਰੈਕ ਕਰ ਰਹੇ ਨੇ ਸਾਡੇ ਅਸਲ ਮਕਸਦ ਵੱਲੋਂ ਲਿੱਤਰ ਪੋਲਾ ਐਸੇ ਗਲਤ ਕਰਨਾ ਲਿਆਵੇ ਸਿਆਰ ਸੂਲ ਆਪਣੀ ਸੱਚਾਈ ਦੀ ਸਬੂਤ ਲਿਆ ਕੇ ਪੇਸ਼ ਕਰੇ, ਵਰਨਾ ਇਮਾਨ ਫਰੋਸ਼ੀ ਇੱਕ ਰੁਪਏ ਇੱਕ ਲੱਖ ਤੇ ਭੈਣ ਫਰੋਸ਼ੀ 600 ਯੂਰੋ ਖੁਦਾ ਦਾ ਵਾਸਤਾ ਉੱਤੇ ਆ ਗਿਆ ਮਲਕ ਕੈਸਰ, ਦੱਸ ਕਦੋਂ ਮਿਲਣਾ ਈ, ਕਿਹੜੀ ਜਗ੍ਹਾ ਪਾਣਾ ਤੇ ਦੱਸ ਟਾਈਮ ਅਮਰਜੀਤ ਕਿੱਥੇ ਰਹਿੰਦਾ? ਅਨਵਰ ਅਮਾਨ ਕੀ ਨਾ ਅਸਲੀ ਨਾ ਆਈ ਕੀ ਕਰ ਅਸਲੀ ਨਾ ਆਈ ਇੰਗਲੈਂਡ ਮੈਂ ਆ ਰਿਹਾ ਇੰਗਲੈਂਡ ਕਿਹੜੀ ਜਗ੍ਹਾ ਤੇ ਆਵਾਂ? ਕਿਹੜੀ ਜਗ੍ਹਾ ਦੱਸੋ? ਮੈਂ ਆਵਾਂਗਾ ਮਾਨਚੈਸਟਰ। ਬਸ ਠੀਕ ਹੈ ਠੀਕ ਹੈ, ਕਦੋਂ ਪਹੁੰਚਣਾ? ਹਾਂਜੀ ਤੁਸੀਂ ਆਪਣਾ ਐਡਰੈਸ ਦੱਸੋ, ਮੈਂ ਦੱਸਾਂਗਾ, ਮੈਂ ਉੱਥੇ ਮਿਲ ਲਾਂਗਾ ਮਾਨਚੈਸਟਰ, ਤੁਸੀਂ ਫਿਕਰ ਨਾ ਕਰੋ। ਮੁਕਰ ਗਿਓ ਤੁਸੀਂ? ਬਸ ਠੀਕ ਹੈ ਹੋ ਗਿਆ ਡਨ, ਕਿਹੜੇ ਜਿਸ ਦਿਨ ਆਪ ਚੱਲ ਪਹੁੰਚੋਗੇ ਨਾ ਬਸ ਦੱਸ ਦੇਣਾ ਮੈਨੂੰ। ਹਾਂਜੀ ਇੱਕ ਦਿਨ ਪਹਿਲੇ ਤੇ ਉਹ ਐਡਰੈਸ ਤੇ ਦੱਸ ਦਿਓ ਮੈਨੂੰ। ਛੱਡੋ ਯਾਰ ਅਨਵਰ ਸਾਹਿਬ, ਕਿਹੜੀਆਂ ਗੱਲਾਂ ਡਾਇ, ਆਪਣੀ ਸ਼ਕਲ ਦਿਖਾਓ ਮੈਨੂੰ। ਰਹਿਣ ਦਿਓ ਰਹਿਣ ਦਿਓ, ਇਹੋ ਜਿਹੀ ਗੱਲ ਨਾ ਕਰੋ ਅਨਵਰ ਸਾਹਿਬ। ਕੈਮਰਾ ਖੋਲੋ ਤੇ ਕੀ ਹੋ ਗਿਆ? ਚੁੱਪ ਕਰਨਾ ਯਾਰ, ਤੂੰ ਤੇ ਚੁੱਪ ਕਰਨਾ ਬੱਚਾ। ਧਮਕੀ ਲਾ ਰਹੇ ਤੁਸੀਂ ਮੈਨੂੰ, ਥ੍ਰੈਟ ਕਰ ਰਹੇ ਹੋ? ਮੈਂ ਖੁਦਾ ਦੀ ਕਸਮ ਤੁਹਾਨੂੰ ਧਮਕੀ ਨਹੀਂ ਲਾ ਰਿਹਾ, ਤੂੰ ਜਿਸ ਦਿਨ ਮੈਨੂੰ ਦੱਸੇਗਾ ਮੈਂ ਪਹੁੰਚਿਆ, ਖੁਦਾ ਦੀ ਕਸਮ ਦੇਖੀ ਮੈਂ ਤੇਰਾ ਹਾਲ ਕੀ ਕਰਾਂਗਾ। ਧਮਕੀ ਲਾ ਰਿਹਾ ਤੂੰ ਮੇਰੇ ਸਾਹਮਣੇ ਆਇਆ, ਮੈਂ ਤੇਰੀ ਗਿੱਚੀ ਮਰੋੜ ਕੇ ਰੱਖ ਦਿਆਂਗਾ। ਐਜ ਧਮਕੀ ਲਾਈ ਦੀ ਹੱਥ ਨਾਲ ਤੈਨੂੰ ਪਕੜ ਲਿਆ, ਤੂੰ ਛੁਡਾ ਨੀ ਸਕਦਾ ਆਪਣੀ ਗਰਦਨ।
ਗਿੱਚੀ ਮਰੋੜ ਦਿਆਂਗਾ ਦੁਬਾਰ ਗੁੱਤੀ ਚੁੱਕੀ ਚੱਲਾਂਗਾ ਇੱਕ ਮਿੰਟ ਯਾਰ ਕੈਸਰ ਸਾਹਿਬ ਕਦੇ ਵਾਸਤੇ ਉਹਨਾਂ ਆਂਦੇ ਹੋ ਕੈਮਰਾ ਆਨ ਕਰ ਜ਼ਰੂਰਤ ਨੀ ਕੈਮਰਾ ਆਨ ਕਰਕੇ ਸਾਹਮਣੇ ਆ ਸਕੇ ਕਰ ਇਹ ਤੁਹਾਡੀ ਔਕਾਤ ਹੈ ਬੋਲੀ ਕੁੱਤੇ ਦੂਸਰੀ ਬਰੋਡ ਤੇ ਫਿਰ ਗਿਆ ਉਹਨੂੰ ਕਹਿੰਦੇ ਨੇ ਜੀ ਸਰ ਮੂਹਰੇ ਖੋਲਣਾ ਸਰ ਦਰ ਲਾਲਾ ਤੁਹਾਡੇ ਹੋਏ ਤੇ ਜੰਮੇ ਤੇ ਸਾਰੀ ਦਿਹਾੜੀ ਅਮਰ ਜੀਤ ਦੀਆਂ ਲੱਤਾਂ ਵਿੱਚ ਜੁੱਤੀਆਂ ਮਾਰਦਾ ਰਹਿੰਦਾ ਉਹ ਕਹਿੰਦਾ ਮਲਕ ਕੈਸਰ ਇਹ ਜਨਾਬ ਇਹ ਤੇਰੀ ਮਾਂ ਦੀ ਉਹ ਫਲਾਣੀ ਢੀਂਗੀ ਚੱਲ ਚੱਲ ਥੱਲੇ ਦਾ ਕੁੱਤੇ ਦਾ ਬੱਚਾ ਆ ਗਿਆ ਚੱਲ ਕਰਦਾ ਬਕਵਾਸ ਬਸ ਬਈ ਸਲਾਮ ਵਾਲੇਕੁਮ ਸਲਾਮ ਜੀ ਕੀ ਹਾਲ ਆਜ ਪੈਸੇ ਪਏ ਅੱਲਾ ਵਾਲਾ ਪਤਾ ਕੀ ਹੈ ਅੱਲਾ ਵਾਲਾ ਬਸ ਹਾਂਜੀ ਇਮਾਨ ਦੀ ਕੀਮਤ ਇਹਨਾਂ ਨੇ ਰੱਖੀ ਹੈ ਕਿ ਇਹਨਾਂ ਦਾ ਮਾਨ ਖਰੀਦਣਾ ਵਾ 1 ਲੱਖ ਤੇ ਇਹਨਾਂ ਦੇ ਇਹ ਨਾ 2 ਕਰਨ ਇਮਾਨ ਫਰੋਸ਼ੀ 1 ਲੱਖ ਭੈਣ ਫਰੋਸ਼ੀ 600 ਯੂਰੋ ਹੁਣ ਦੱਸ ਹਾਂ ਇਹ ਇਮਾਨ ਫਰੋਸ਼ ਤੇ ਭੈਣ ਫਰੋਸ਼ ਨੇ ਤੁਹਾਨੂੰ ਕੋਈ ਕੰਮ ਨਹੀਂ ਲੱਗਦਾ ਇਹਨੂੰ ਹੋਰ ਕੋਈ ਕੰਮ ਨਹੀਂ ਝੂਠ ਚਮਟੇ ਨੂੰ ਕੋਈ ਗੱਲ ਨੀ ਚੜ੍ਹਨ ਇਹ ਨਾਰਾ ਤੁਸੀਂ ਮਾਰਦੇ ਰਹਿਣਾ ਇਮਾਨ ਕੀ ਕੀਮਤ 1 ਲੱਖ ਭੈਣ ਕੀ ਕੀਮਤ 600 ਯੂਰੋ ਇਮਾਨ ਕੀ ਕੀਮਤ 1 ਲੱਖ ਘੱਟ ਬਣਦਾ ਮੈਂ 2000 ਯੂਰੋ ਨਾਲ ਦੇਣ ਡਿਆ ਵਾ ਬਦਮਾਸ਼ੀ ਇੰਜ ਕਰਦਾ ਜੇ ਪਤਾ ਨੀ ਡੇਟ ਵਿੱਚ ਵੜ ਖਾਈ ਜਾਣਾ ਫੋਟੋ